ਟ੍ਰੇਨ ਥੱਲੇ ਆਉਣ ਦੇ ਚੱਲਦਿਆਂ ਬਜ਼ੁਰਗ ਦੀ ਹੋਈ ਮੌਤ। ਜਾਣਕਾਰੀ ਅਨੁਸਾਰ ਜੈਤੋ ਦੇ ਕੋਟਕਪੁਰਾ ਰੋਡ ਦੇ ਸਥਿਤ ਪਿੰਡ ਅਜੈਤਗਲ ਦੇ ਫਾਟਕਾਂ ਦੇ ਉੱਪਰ ਇੱਕ ਬਜ਼ੁਰਗ ਟ੍ਰੇਨ ਥੱਲੇ ਆਉਣ ਦੇ ਚੱਲਦਿਆਂ ਮੌਤ ਹੋ ਗਈ। ਚੌਂਕੀ ਇੰਚਾਰਜ ਜੈਤੋ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮੁਖਤਿਆਰ ਸਿੰਘ, ਜੋ ਕਿ ਕੰਨਾਂ ਤੋਂ ਘੱਟ ਸੁਣਦਾ ਸੀ ਅਤੇ ਟ੍ਰੇਨ ਦੀ ਆਵਾਜ਼ ਨਾ ਸੁਣਨ ਦੇ ਚੱਲਦਿਆਂ ਉਹ ਟ੍ਰੇਨ ਦੇ ਹੇਠਾਂ ਆ ਗਿਆ, ਜਿਸ ਦੇ ਚੱਲਦਿਆਂ ਪਰਿਵਾਰਕ ਮੈਂਬਰਾਂ ਅਨੁਸਾਰ ਉਸਦੀ ਲਾਸ਼ ਨੂੰ ਜੈਤੋ ਦੀ ਸਰਕਾਰੀ ਹਸਪਤਾਲ ਦੀ ਮੋਰਚੀ ਦੇ ਵਿੱਚ ਰੱਖ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਮੁਖਤਿਆਰ ਸਿੰਘ ਵਜੋਂ ਹੋਈ ਹੈ।